ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਸੋ ਮੈਂ ਅਨਮੋਲ ਸਿੰਘ ਤੁਹਾਡਾ ਹਾਰਦਿਕ ਸਵਾਗਤ ਕਰਦਾ ਭਾਈ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ, ਜੋ ਕਿ ਹੈ ਜੀ ਸਾਡਾ 10 ਵਡਮੁੱਲੇ ਪ੍ਰਸ਼ਨ। ਤਾਂ ਇਹ ਬੜੀ ਹੀ ਇੱਕ ਖਾਸ ਅਤੇ ਅਹਿਮ ਸੀਰੀਜ਼ ਹੈਗੀ ਹੈ ETT 1994 ਪੇਪਰ ਏ ਦੇ ਲਈ, ਕਿਉਂਕਿ ਇਹਦੇ ਵਿੱਚ ਤੁਹਾਨੂੰ 10 ਮਹੱਤਵਪੂਰਨ ਤੱਥ ਕਰਵਾਏ ਜਾਂਦੇ ਹਨ, ਕਰੈਕਟ ਕਰਵਾਏ ਜਾਂਦੇ ਆ, ਤੱਥ ਕਰਵਾਏ ਜਾਂਦੇ, ਠੀਕ ਹੈ ਜੀ। ਔਰ ਇਹ ਕਲਾਸ ਜਿਹੜੀ ਆਪਣੀ ਰੋਜ਼ਾਨਾ ਲੱਗਦੀ ਹੈ ਜੀ, ਕਿੰਨੇ ਵਜੇ? 8 ਵਜੇ ਤੱਕ, ਠੀਕ ਹੈ ਜੀ। ਤਾਂ ਬਈ ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਬੱਚਾ ਕਲਾਸ ਦਾ ਆਨੰਦ ਲੈ ਸਕਦਾ, ਇਕੱਲੇ ETT 1994 ਵਾਲੇ ਨਹੀਂ, ਕੋਈ ਵੀ ਬੱਚਾ ਪੰਜਾਬ ਦੇ ਲੈਵਲ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ ਤਾਂ ਉਹ ਇਸ ਕਲਾਸ ਦਾ ਆਨੰਦ ਲੈ ਸਕਦਾ, ਠੀਕ ਹੈ ਜੀ। ਤਾਂ ਜਿਹੜੇ ਵਿਦਿਆਰਥੀਆਂ ਨੇ ਸਾਡੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲਓ ਭਾਈ, ਬੈਲ ਆਈਕਨ ਦਬਾ ਕੇ ਨੋਟੀਫਿਕੇਸ਼ਨ ਨੂੰ ਆਲ ਤੇ ਸੈੱਟ ਕਰ ਲਓ ਤਾਂ ਜੋ ਲੇਟੈਸਟ ਲੇਟੈਸਟ ਜਿਹੜੀਆਂ ਲਿੰਕ ਹੈਗੇ ਤੁਹਾਡੇ ਤੱਕ ਉਹ ਪਹੁੰਚਦੇ ਰਹੇ, ਠੀਕ ਹੈ ਜੀ। ਤਾਂ ਆਓ ਸ਼ੁਰੂ ਕਰੀਏ ਕਲਾਸ। ਔਰ ਅੱਜ ਦੀ ਕਲਾਸ ਦਾ ਆਪਣਾ ਜਿਹੜਾ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਉਹ ਹੈਗਾ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੈਰਾਗ ਪ੍ਰਧਾਨ ਹੈਗੀ ਹੈ ਤੇ ਸ਼ਾਂਤ ਰਸ ਵਾਲੀ ਬਾਣੀ ਹੈ। ਪੇਪਰ ਦੇ ਵਿੱਚ ਕੁਐਸਚਨ ਆਵੇ ਕਿ ਸਭ ਤੋਂ ਵੱਧ ਵੈਰਾਗੀ ਬਾਣੀ ਕਿਹਨਾਂ ਦੀ ਹੈ, ਸਭ ਤੋਂ ਵੱਧ ਵੈਰਾਗੀ ਬਾਣੀ ਕਿਹਨਾਂ ਦੀ ਹੈ, ਤਾਂ ਕਿਹਨਾਂ ਦੀ ਹੈ ਭਾਈ? ਨੌਵੇਂ ਪਾਤਸ਼ਾਹ ਦੀ ਹੈ, ਸ਼੍ਰੀ ਗੁਰੂ ਤੇਗ ਬਹਾਦਰ, ਠੀਕ ਹੈ ਜੀ। ਅਗਲਾ ਮਹੱਤਵਪੂਰਨ ਪ੍ਰਸ਼ਨ ਹੈਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ ਕਿੰਨੀਆਂ ਵਾਰਾਂ ਦਰਜ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੀਆਂ ਵਾਰਾਂ ਦਰਜ ਹੈ ਜੀ? ਤਾਂ ਕੁੱਲ ਵਾਰਾਂ 3 ਦਰਜ ਹੈਗੀ, ਜਿਹਦੇ ਵਿੱਚੋਂ ਰਾਗ ਆਸਾ, ਰਾਗ ਮਾਝ ਅਤੇ ਰਾਗ ਮਲਹਾਰ ਦੇ ਵਿੱਚ ਦਰਜ ਹੈ ਜੀ। ਇਸੇ ਤੇ ਇਹਨਾਂ ਦੇ ਨਾਮ ਪੈਂਦੇ ਆ ਜੀ ਕਿ ਆਸਾ ਦੀ ਵਾਰ, ਮਾਝ ਦੀ ਵਾਰ ਅਤੇ ਮਲਹਾਰ ਦੀ ਵਾਰ। ਤਾਂ ਇਹ 3 ਵਾਰਾਂ ਜਿਹੜੀਆਂ ਹੈਗੀਆਂ ਜੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ। ਅਗਲੀ ਦੇਖੋ ਜੀ, ਤਾਂ ਤੀਸਰਾ ਫੈਕਟ ਜਿਹੜਾ ਹੈਗਾ ਜੀ ਉਹ ਹੈਗਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਾਰੇ, ਜੋ ਕਿ ਸਾਡੇ ਸਿੱਖਾਂ ਦੇ ਤੀਸਰੇ ਗੁਰੂ। ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਕੁੱਲ ਕਿੰਨੀਆਂ ਵਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀਆਂ? ਤਾਂ ਕੁੱਲ ਕਿੰਨੀਆਂ ਵਾਰਾਂ ਦਰਜ ਹੈਗੀਆਂ ਭਾਈ? ਤਾਂ ਕੁੱਲ ਵਾਰਾਂ 4 ਦਰਜ, ਠੀਕ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਦਰਜ ਹੈਗੀਆਂ, ਕਿਹੜੀਆਂ ਕਿਹੜੀਆਂ ਦਰਜ ਹੈ? ਤਾਂ ਰਾਗ ਗੁਜਰੀ, ਸੂਹੀ, ਰਾਮਕਲੀ ਤੇ ਮਾਰੂ, ਯਾਨੀ ਕਿ 4 ਵਾਰਾਂ ਦਰਜ ਹੈ, ਗੁਜਰੀ ਦੀ ਵਾਰ, ਸੂਹੀ ਦੀ ਵਾਰ, ਰਾਮਕਲੀ ਦੀ ਵਾਰ ਤੇ ਮਾਰੂ ਦੀ ਵਾਰ। ਤਾਂ 4 ਵਾਰਾਂ ਸ਼੍ਰੀ ਗੁਰੂ ਅਮਰਦਾਸ। ਅਗਲਾ ਫੈਕਟ ਹੈਗਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਾਰੇ, ਜੋ ਕਿ ਸਾਡੇ ਚੌਥੇ ਪਾਤਸ਼ਾਹ। ਤਾਂ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ, ਇਹਨਾਂ ਦੀਆਂ ਕਿੰਨੀਆਂ ਵਾਰਾਂ ਦਰਜ ਹੈ? ਇਹਨਾਂ ਦੀਆਂ ਸਭ ਤੋਂ ਵੱਧ ਵਾਰਾਂ ਦਰਜ ਹੈਗੀਆਂ, ਸਭ ਤੋਂ ਵੱਧ, ਸਭ ਤੋਂ ਵੱਧ ਵਾਰਾਂ ਦਰਜ ਹੈਗੀਆਂ। ਤਾਂ ਬਈ ਕਿੰਨੀਆਂ ਵਾਰਾਂ ਦਰਜ ਹੈਗੀਆਂ ਜੀ? ਤਾਂ 8। ਜਿਹਦੇ ਰਾਗ ਕਿਹੜੇ ਕਿਹੜੇ ਹੈ? ਗੌਰੀ ਦੀ ਵਾਰ, ਬਿਹਾਗੜੇ ਦੀ ਵਾਰ, ਬਿਲਾਵਲ ਦੀ ਵਾਰ, ਵਡਹੰਸ ਦੀ ਵਾਰ, ਔਰ ਇਵੇਂ ਹੀ ਕ੍ਰਮਵਾਰ ਸੋਰਟ ਦੀ ਵਾਰ, ਸਾਰੰਗ ਦੀ ਵਾਰ ਤੇ ਸ੍ਰੀ ਰਾਗ ਤੇ ਕਾਨਰਾ, ਠੀਕ ਹੈ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਦਰਜ ਹੈ? 8 ਵਾਰਾਂ ਜਿਹੜੀਆਂ ਹੈਗੀਆਂ ਜੀ ਉਹ ਦਰਜ ਹੈ, ਠੀਕ ਹੈ ਜੀ। ਅਗਲਾ ਸਾਡੇ ਕੋਲ ਆ ਜਾਂਦਾ 5ਵਾਂ ਫੈਕਟ, ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ। ਤਾਂ ਬਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਵਾਰਾਂ ਵੀ ਦਰਜ ਹੈਗੀਆਂ? ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁੱਲ 6 ਵਾਰਾਂ ਦਰਜ ਹੈਗੀਆਂ ਜੀ। ਕਿੰਨੀਆਂ ਵਾਰਾਂ ਦਰਜ ਹੈਗੀਆਂ ਜੀ?
6 ਵਾਰਾਂ ਦਰਜ ਹੈ। ਜੇਕਰ ਇਹਨਾਂ ਦੀ ਗਿਣਤੀ ਕੀਤੀ ਜਾਵੇ ਤਾਂ ਗੌੜੀ, ਗੁਜਰੀ, ਜੈਤਸਰੀ, ਰਾਮਕਲੀ, ਮਾਰੂ ਤੇ ਬਸੰਤ ਦੀ ਵਾਰ ਦਰਜ, ਠੀਕ ਹੈ ਜੀ। ਔਰ ਜੇ ਤੁਹਾਨੂੰ ਪੇਪਰ ਦੇ ਵਿੱਚ ਇੱਕ ਹੋਰ ਪ੍ਰਸ਼ਨ ਪੁੱਛਿਆ ਜਾਵੇ ਕਿ ਸਭ ਤੋਂ ਛੋਟੀ ਵਾਰ ਕਿਹੜੀ ਹੈ, ਠੀਕ ਹੈ ਜੀ, ਸਾਰੀਆਂ ਹੀ ਵਾਰਾਂ ਦੇ ਵਿੱਚੋਂ ਸਭ ਤੋਂ ਛੋਟੀ ਵਾਰ ਕਿਹੜੀ ਹੈ ਜੀ, ਤਾਂ ਸਭ ਤੋਂ ਛੋਟੀ ਵਾਰ ਕਿਹੜੀ ਹੈਗੀ ਹੈ ਜੀ, ਬਸੰਤ ਦੀ ਵਾਰ ਹੈਗੀ। ਸਭ ਤੋਂ ਛੋਟੀ ਵਾਰ ਕਿਹੜੀ ਹੈਗੀ ਹੈ ਜੀ, ਬਸੰਤ ਦੀ ਵਾਰ ਹੈਗੀ ਹੈ। ਔਰ ਜੇ ਇਹਦੀਆਂ ਪੌੜੀਆਂ ਦੀ ਗੱਲ ਕੀਤੀ ਜਾਵੇ ਤਾਂ ਕੇਵਲ ਤੇ ਕੇਵਲ 3 ਪੌੜੀਆਂ ਦਾ, ਠੀਕ ਹੈ ਜੀ। ਇਸ ਵਾਰ ਦੀਆਂ ਕੁੱਲ ਪੌੜੀਆਂ ਦੀ ਗਿਣਤੀ ਕਿੰਨੀ ਹੈ ਤਾਂ ਕੇਵਲ ਤੇ ਕੇਵਲ 3 ਪੌੜੀਆਂ ਜਿਹੜੀਆਂ ਹੈਗੀਆਂ ਜੀ ਉਹ ਇਸ ਵਾਰ ਦੀਆਂ ਮੌਜੂਦ ਹੈਗੀਆਂ, ਠੀਕ ਹੈ ਜੀ। ਅਗਲੀ ਜਿਹੜੀ ਵਾਰ ਹੈਗੀ ਹੈ ਜੀ ਉਹ ਇੱਕ ਵਾਰ ਸੱਤੇ ਅਤੇ ਬਲਵੰਡ ਦੀ ਮਿਲਦੀ ਹੈਗੀ ਹੈ ਜੀ, ਠੀਕ ਹੈ ਜੀ। ਕਿਉਂਕਿ ਆਪਾਂ ਪਿਛਲੀ ਕਲਾਸ ਦੇ ਵਿੱਚ ਕੀਤਾ ਸੀਗਾ ਕਿ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ 4 ਸਿੱਖ ਭਗਤ ਸੀਗੇ, ਜਾਂ ਸਿੱਖ ਜਾਂ ਗੁਰੂ ਘਰ ਦੇ ਜਿਹੜੇ ਕਹਿ ਲਈਏ ਅਨਿਨ ਭਗਤ ਸੀਗੇ ਉਹਨਾਂ ਦੀ ਬਾਣੀ ਦਰਜ। ਤਾਂ ਉਹਨਾਂ 4 ਭਗਤਾਂ ਦੇ ਤੇ ਨਾਮ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ 2 ਨਾਮ ਹੈਗੇ ਆ ਜੀ ਸੱਤਾ ਅਤੇ ਬਲਵੰਡ। 4 ਭਗਤਾਂ ਦੀ ਗੱਲ ਕੀਤੀ ਸੀ ਅਸੀਂ ਤਾਂ 4 ਭਗਤ ਕਿਹੜੇ ਕਿਹੜੇ ਸੀ, ਇੱਕ ਤਾਂ ਸੱਤਾ ਤੇ ਬਲਵੰਡ, ਯਾਨੀ ਕਿ ਇੱਕ ਤਾਂ ਸੱਤਾ ਹੋ ਗਿਆ, ਦੂਸਰਾ ਨਾਮ ਬਲਵੰਡ ਹੋ ਗਿਆ ਕਿਉਂਕਿ ਦੋਨਾਂ ਦੇ ਨਾਮ ਦਰਜ ਹੈ, ਠੀਕ ਹੈ ਜੀ। ਤਾਂ 2 ਨਾਮ ਕਿਹੜੇ ਕਿਹੜੇ ਰਹਿ ਗਏ ਤਾਂ ਤੀਸਰਾ ਨਾਮ ਆ ਜਾਂਦਾ ਜੀ ਬਾਬਾ ਸੁੰਦਰ, ਬਾਬੇ ਸੁੰਦਰ ਦੀ ਸੱਦ ਦਰਜ ਹੈਗੀ ਹੈ ਜੀ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤੇ 4 ਨਾਮ ਹੈਗਾ ਜੀ ਭਾਈ ਮਰਦਾਨੇ, ਕਿਉਂਕਿ ਭਾਈ ਮਰਦਾਨੇ ਦੇ ਵੀ ਸ਼ਬਦ ਜਿਹੜੇ ਹੈਗੇ ਆ ਉਹ ਭਾਈ ਮਰਦਾਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ। ਤਾਂ ਇਹਨਾਂ 4 ਭਗਤਾਂ ਦੀ ਬਾਣੀ ਦਰਜ, ਠੀਕ ਹੈ ਜੀ। ਤਾਂ ਇਹਨਾਂ 4 ਭਗਤਾਂ ਦੇ ਵਿੱਚੋਂ ਅਸੀਂ ਜੇ ਗੱਲ ਕੀਤੀ ਜਾਵੇ ਸੱਤੇ ਅਤੇ ਬਲਵੰਡ ਦੀ ਤਾਂ ਸੱਤੇ ਅਤੇ ਬਲਵੰਡ ਦੀ ਇੱਕੋ ਇੱਕ ਵਾਰ ਦਰਜ ਮਿਲਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ, ਕਿਉਂਕਿ ਜਿਹਦੇ ਵਿੱਚ 5 ਗੁਰੂਆਂ ਦੀ ਜਿਹੜੀ ਹੈਗੀ ਹੈ ਜੀ ਉਹ ਮਹਿਮਾ ਕਰੀ, ਠੀਕ ਹੈ। ਕਿਉਂਕਿ ਸੱਤਾ ਅਤੇ ਬਲਵੰਡ ਜਿਹੜੇ ਗੁਰੂ ਘਰ ਦੇ ਰਾਗੀ ਸੀਗੇ ਇਹਨਾਂ ਦੀ ਇੱਕ ਵਾਰ ਦਰਜ ਕੀਤੀ ਗਈ ਹੈ ਜੋ ਕਿ 5 ਗੁਰੂਆਂ ਦੀ ਮਹਿਮਾ ਕਰੀ, ਠੀਕ ਹੈ ਜੀ। ਇਹ ਸਾਡੇ 6 ਫੈਕਟ ਹੋ ਗਏ। ਅਗਲੇ ਫੈਕਟ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਇਨਫੋਰਮੇਸ਼ਨ ਹੈ ਤੁਹਾਡੇ ਵਾਸਤੇ, ਜ਼ਰੂਰੀ ਇਨਫੋਰਮੇਸ਼ਨ ਕੀ ਹੈ ਕਿ ਵੀ ਐਸ ਟੈਟ 2024 ਦੇ ਬਿਲਕੁਲ ਨਿਊ ਅਤੇ ਫਰੈਸ਼ ਬੈਚ ਔਨਲਾਈਨ ਅਤੇ ਆਫਲਾਈਨ ਮੋਡ ਦੇ ਵਿੱਚ ਸਟਾਰਟ ਹੋਣ ਜਾ ਰਹੇ, ਠੀਕ ਹੈ ਜੀ। ਔਨਲਾਈਨ ਦੇ ਵਿਸ਼ੇਸ਼ਤਾ ਕੀ ਹੈ, ਵਿਸ਼ੇਸ਼ਤਾ ਇਹ ਹੈ ਕਿ ਆਫਲਾਈਨ ਅਤੇ ਔਨਲਾਈਨ ਅਲੱਗ ਅਲੱਗ ਹੋਣਗੇ, ਆਫਲਾਈਨ ਬੈਚ ਅਲੱਗ ਹੋਏਗਾ, ਔਨਲਾਈਨ ਬੈਚ ਅਲੱਗ ਹੋਏਗਾ, ਦੋਨੋਂ ਸੇਮ ਨਹੀਂ ਹੋਣਗੇ, ਠੀਕ ਹੈ ਜੀ। ਬਾਕੀ ਤੁਸੀਂ ਇਨਰੋਲ ਕਰਨਾ ਹੈਗਾ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ, ਠੀਕ ਹੈ ਜੀ। ਔਰ ਜੇ ਤੁਸੀਂ ਡੈਮੋ ਲੈਣਾ ਚਾਹੁੰਦੇ ਹੋ ਤਾਂ ਸਟਰੀਟ ਨੰਬਰ 11 ਸਾਹਿਬਜ਼ਾਦਾ ਅਜੀਤ ਸਿੰਘ ਰੋਡ ਬਠਿੰਡਾ ਦੇ ਜਿਹੜਾ ਹੈਗਾ ਜੀ ਉੱਥੇ ਆਪਣੀ ਡੈਮੋ ਲਗਾ ਸਕਦੇ ਹੋ ਜੀ, ਨਹੀਂ ਤਾਂ ਇਹਨਾਂ ਨੰਬਰਾਂ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਜਿਹੜੀ ਪ੍ਰਾਪਤ ਕਰ ਸਕਦੇ ਹੋ। ਔਰ ਇਹ ਬੈਚ ਸਟਾਰਟ ਕਦੋਂ ਹੋਣ ਜਾ ਰਹੇ ਹੈ ਤਾਂ 3 ਜੂਨ ਸੋਮਵਾਰ ਨੂੰ ਸਟਾਰਟ ਹੋਣ, ਠੀਕ ਹੈ। ਤਾਂ ਤੁਹਾਡਾ ਕੋਈ ਦੋਸਤ, ਸੰਗੀ, ਸਾਥੀ, ਮਿੱਤਰ ਤਿਆਰੀ ਕਰਨਾ ਚਾਹੁੰਦਾ ਹੈਗਾ ਉਸ ਤੱਕ ਇਹ ਇਨਫੋਰਮੇਸ਼ਨ ਪਹੁੰਚਾ ਦਿਓ ਜੀ ਤਾਂ ਜੋ ਮਿਸ ਨਾ ਹੋ ਸਕੋ। ਅਗਲਾ ਫੈਕਟ ਭਾਈ ਗੁਰਦਾਸ ਜੀ ਦੇ ਨਾਮ ਨਾਲ ਸੰਬੰਧਿਤ,
ਤਾਂ ਭਾਈ ਗੁਰਦਾਸ ਜੋ ਸਾਡੇ ਲਿਖਾਰੀ ਹੈਗੇ ਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਠੀਕ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਹੈ, ਠੀਕ ਹੈ ਜੀ। ਭਾਈ ਗੁਰਦਾਸ ਜਿਹੜੇ ਹੈਗੇ ਆ ਜੀ, ਇਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਲੈ ਕੇ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੱਕ ਜਿਹੜਾ ਹੈਗਾ ਜੀ ਉਹ ਸੇਵਾ ਕੀਤੀ ਗੁਰੂ ਘਰ, ਠੀਕ ਹੈ ਜੀ। ਤਾਂ ਭਾਈ ਗੁਰਦਾਸ ਜੀ ਦੀ ਜਿਹੜੀ ਕੁੱਲ ਬਾਣੀ ਹੈ, ਠੀਕ ਹੈ, ਉਹਨਾਂ ਦੀ ਪ੍ਰਮਾਣਿਕ ਬਾਣੀ ਜਿਹੜੀ, ਮੈਂ ਪ੍ਰਮਾਣਿਕ ਸ਼ਬਦ ਤਾਂ ਵਰਤ ਰਿਹਾ ਕਿਉਂਕਿ ਕਈ ਕਿਤਾਬਾਂ ਦੇ ਵਿੱਚ 40 ਵਾਰਾਂ ਲਿਖੀਆਂ ਹੋਈਆਂ, ਪਰ ਵਿਦਵਾਨਾਂ ਦੇ ਵਿੱਚ ਮਤਭੇਦ, ਠੀਕ ਹੈ ਜੀ। ਉਹ ਜਿਹੜੀ ਇੱਕ ਵਾਰ ਹੈਗੀ ਹੈ, ਜਿਹੜੀ 40ਵੀਂ ਵਾਰ ਹੈਗੀ ਹੈ, ਉਹਦਾ ਰੌਲਾ ਹੈਗਾ ਕਿਉਂਕਿ ਉਹਦੀ ਭਾਸ਼ਾ ਥੋੜ੍ਹੀ ਜਿਹੀ ਵੱਖਰੀ ਹੈ। ਉਹ ਭਾਈ ਗੁਰਦਾਸ ਦੂਜੇ ਦੀ ਮੰਨੀ ਜਾਂਦੀ ਜੋ ਬਾਅਦ ਵਿੱਚ ਹੋਇਆ ਹੈ, ਠੀਕ ਹੈ ਜੀ। ਪਰ ਜਿਹੜੀ ਪ੍ਰਮਾਣਿਕ ਬਾਣੀ ਹੈ ਭਾਈ ਗੁਰਦਾਸ ਜੀ ਦੀ, ਉਹਦੇ ਵਿੱਚ 39 ਵਾਰਾਂ ਤੇ 556 ਸਵਈਏ ਮਿਲਦੇ ਹੈਗੇ ਆ ਜੀ। ਜਿਹੜੀਆਂ ਇਹ ਵਾਰਾਂ ਹੈਗੀਆਂ ਇਹ ਤਾਂ ਭਾਈ ਇਹਨਾਂ ਦੀਆਂ ਪੰਜਾਬੀ ਦੇ ਵਿੱਚ ਹੀ ਹੈ, ਔਰ ਜਿਹੜੇ ਸਵਈਏ ਹੈਗੇ ਇਹਦੇ ਤੇ ਬ੍ਰਜ ਭਾਸ਼ਾ ਦਾ ਪ੍ਰਭਾਵ, ਕਿਹੜੀ ਭਾਸ਼ਾ ਦਾ ਪ੍ਰਭਾਵ ਹੈਗਾ, ਬ੍ਰਜ ਭਾਸ਼ਾ ਦਾ ਪ੍ਰਭਾਵ, ਠੀਕ ਹੈ ਜੀ। ਇਹ ਹੈ ਭਾਈ ਗੁਰਦਾਸ ਜੀ ਦੀ ਪ੍ਰਮਾਣਿਕ ਬਾਣੀ। ਕਈ ਵਿਦਵਾਨ 40 ਮੰਨਦੇ ਆ, ਪਰ 40ਵੀਂ ਵਾਰ ਭਾਈ ਗੁਰਦਾਸ ਦੂਜੇ ਦੀ ਹੈ। ਔਰ ਇਹ ਡਾਊਟ ਕਿਉਂ ਪੈਦਾ ਹੁੰਦਾ, ਕਿਉਂਕਿ ਜਿਹੜੀ ਇਹ 40ਵੀਂ ਵਾਰ ਹੈ ਔਰ ਬਾਕੀ ਦੀਆਂ 39 ਵਾਰਾਂ, ਇਹਦੇ ਚ ਭਾਸ਼ਾ ਦੇ ਵਿੱਚ ਬਹੁਤ ਫਰਕ ਹੈ, ਠੀਕ ਹੈ। ਇੰਨਾ ਸਡਨ ਚੇਂਜ ਆ ਉਹਨਾਂ ਭਾਸ਼ਾ ਦੇ ਵਿੱਚ, ਇਹ ਕਰਕੇ ਵਿਦਵਾਨਾਂ ਦੇ ਵਿੱਚ ਮਤਭੇਦ, ਠੀਕ ਹੈ ਜੀ। ਅਗਲਾ 8ਵਾਂ ਫੈਕਟ ਹੈਗਾ ਜੋ ਕਿ ਬਹੁਤ ਮਹੱਤਵਪੂਰਨ ਹੈ, ਔਰ ਪੇਪਰ ਦੇ ਨਜ਼ਰੀਏ ਤੋਂ ਖਾਸ ਕਰਕੇ ਕਿਉਂਕਿ ਪੇਪਰ ਦੇ ਵਿੱਚ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ, ਕਿ ਗੁਰੂ ਨਾਨਕ ਦੇਵ ਜੀ ਦਾ 12ਵਾਂ ਰਾਗ ਤੁਖਾਰੀ ਦੇ ਵਿੱਚ ਮਿਲਦਾ ਹੈ, ਠੀਕ ਹੈ। ਪਹਿਲੀ ਗੱਲ ਤਾਂ ਇਹ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਰੂਪ 12ਵਾਂ ਮਿਲਦਾ, ਜੋ ਕਿ 12 ਮਹੀਨਿਆਂ ਦੇ ਜਿਹੜੇ ਸਾਡੇ ਦੇਸੀ ਮਹੀਨੇ ਆ, ਠੀਕ ਹੈ ਜੀ, ਜਿਹੜੇ ਸਾਡੇ ਦੇਸੀ ਮਹੀਨੇ ਆ ਉਹਨਾਂ ਦੇ ਹਿਸਾਬ ਨਾਲ ਚੱਲਦਾ ਹੈਗਾ। ਔਰ ਇਹਦਾ ਜਿਹੜਾ ਰਾਗ ਹੈਗਾ ਜੀ ਉਹ ਰਾਗ ਤੁਖਾਰੀ, ਠੀਕ ਹੈ ਜੀ। ਤਾਂ 2 12ਵਾਂ ਮਿਲਦੇ ਆ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, 1 12ਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਤੁਖਾਰੀ ਰਾਗ ਦੇ ਵਿੱਚ, ਜਿਹਦੀ ਆਪਾਂ ਹੁਣੇ ਚਰਚਾ ਕਰ ਰਹੇ ਹਾਂ, ਤੇ 1 ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 12ਵਾਂ ਵੀ ਮਿਲਦਾ ਹੈਗਾ ਜੀ, ਜੋ ਕਿ ਰਾਗ ਮਾਝ ਦੇ ਵਿੱਚ ਮਿਲਦਾ ਹੈ, ਠੀਕ ਹੈ ਜੀ। ਇਹਦੇ ਬਾਰੇ ਵੀ ਥੋੜ੍ਹੇ ਜਿਹੇ ਫੈਕਟ ਸੁਣ ਲਓ ਕਿ ਦੋਨੋਂ 12ਵਾਂ ਦੇ ਵਿੱਚ, ਕਿਉਂਕਿ ਦੋਨੇ 12ਵਾਂ 12 ਮਹੀਨਿਆਂ ਦੇ ਦਰਜ ਹੈਗੇ, ਠੀਕ ਹੈ। ਤਾਂ ਮੰਨਿਆ ਜਾਂਦਾ, ਠੀਕ ਹੈ, ਵਿਦਵਾਨਾਂ ਦੁਆਰਾ ਇਹ ਮੰਨਿਆ ਜਾਂਦਾ ਕਿ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 12ਵਾਂ ਇਹ ਗੁਰੂ ਨਾਨਕ ਦੇਵ ਜੀ ਦੇ 12ਵਾਂ ਤੇ ਹੀ ਆਧਾਰਿਤ, ਠੀਕ ਹੈ, ਕਿਉਂਕਿ ਜਿਹੜੇ ਜਿਹੜੀ ਭਾਸ਼ਾ ਜਾਂ ਜਿਹੜਾ 12ਵਾਂ ਗੁਰੂ ਨਾਨਕ ਦੇਵ ਜੀ ਦਾ, ਠੀਕ ਹੈ, ਉਹਦੀ ਜਿਹੜੀ ਕਨਸੈਪਟ ਹੈਗਾ ਉਹ ਬਹੁਤ ਡੂੰਘਾ ਹੈ, ਉਹਨੂੰ ਸਮਝਣ ਵਾਸਤੇ ਇੱਕ ਬਹੁਤ ਵੱਡਾ ਵਿਸ਼ਾਲ ਮਨ ਚਾਹੀਦਾ, ਠੀਕ ਹੈ। ਤਾਂ ਫਿਰ ਸਿੱਖ ਸੰਗਤਾਂ ਦੀ ਅਰਦਾਸ ਦੇ ਉੱਪਰ, ਬੇਨਤੀ ਦੇ ਉੱਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੌਖੀ ਭਾਸ਼ਾ ਦੇ ਵਿੱਚ, ਸੌਖੇ ਕਨਸੈਪਟ ਦੇ ਵਿੱਚ 12ਵਾਂ ਲਿਖਿਆ, ਠੀਕ ਹੈ। ਇਹ 12ਵਾਂ ਟੀਕਾ ਰੂਪ ਮੰਨਿਆ ਜਾਂਦਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 12ਵਾਂ, ਠੀਕ ਹੈ ਜੀ। ਪਰ ਇਉਂ ਪ੍ਰਸ਼ਨ ਸਿੱਧਾ ਹੀ ਬਣੇਗਾ ਕਿ 2 12ਵਾਂ ਮਿਲਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, 1 ਗੁਰੂ ਨਾਨਕ ਦੇਵ ਜੀ ਦਾ ਤੇ ਦੂਸਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ, ਜੋ ਕਿ ਕਿਹਦੇ ਵਿੱਚ ਹੈ ਜੀ, ਮਾਝ ਰਾਗ ਦੇ ਵਿੱਚ, ਠੀਕ ਹੈ ਜੀ। ਔਰ ਅਗਲਾ ਤੇ ਲਾਸਟ ਫੈਕਟ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਰਾਗਾਂ ਦੀ ਗਿਣਤੀ ਕਿੰਨੀ ਹੈ, ਤਾਂ ਟੋਟਲ ਰਾਗਾਂ ਦੀ ਗਿਣਤੀ ਕਿੰਨੀ ਹੈ ਭਾਈ, 31, ਠੀਕ ਹੈ ਜੀ। ਜਿਹੜਾ ਸਾਡਾ ਆਦਿ ਗ੍ਰੰਥ ਹੈ, ਜਿਸ ਗ੍ਰੰਥ ਦੀ ਸੰਪਾਦਨਾ
ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਗਈ ਉਸ ਗ੍ਰੰਥ ਦੇ ਵਿੱਚ ਆਦਿ ਗ੍ਰੰਥ ਆਦਿ ਗ੍ਰੰਥ ਦੇ ਵਿੱਚ 30 ਰਾਗ ਦਰਜ ਠੀਕ ਹੈ ਜੀ। ਇਹ ਤਾਂ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਤੋਂ ਦੁਬਾਰਾ ਬੀੜ ਲਗਵਾਈ ਇੱਥੇ ਤਲਵੰਡੀ ਸਾਹਿਬ ਦਮਦਮਾ ਸਾਹਿਬ ਤਾਂ ਉਦੋਂ ਜਿਹੜਾ ਹੈਗਾ ਜੀ 30 ਤੋਂ ਰਾਗ ਕਿੰਨੇ ਹੋ ਗਏ 31 ਠੀਕ ਹੈ ਜੀ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ ਰਾਗ ਕਿੰਨੇ ਹੈ 31 ਰਾਗ ਠੀਕ ਹੈ ਜੀ। ਬਾਕੀ ਸਾਡਾ ਟੈਲੀਗ੍ਰਾਮ ਚੈਨਲ ਹੈਗਾ ਜੀ, ਸਾਡਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ, ਫੇਸਬੁੱਕ ਤੇ ਵੀ ਪੇਜ ਬਣਿਆ ਹੋਇਆ, ਤਾਂ ਤੁਸੀਂ ਜਿਹੜਾ ਹੈਗਾ ਜੀ ਉਹ ਸਾਡੇ ਇਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈੱਕਆਊਟ ਕਰ ਸਕਦੇ ਹੋ ਜੀ। ਟੈਲੀਗ੍ਰਾਮ ਤਾਂ ਖਾਸ ਕਰਕੇ ਜੁਆਇਨ ਕਰੋ ਕਿਉਂਕਿ ਇੱਥੇ PDF ਕੁਇਜ਼ ਔਰ ਹੋਰ ਲੇਟੈਸਟ ਅਪਡੇਟਸ ਜਿਹੜੀਆਂ ਤੁਹਾਡੀਆਂ ਆਉਂਦੀਆਂ ਠੀਕ ਹੈ ਜੀ। ਤਾਂ ਉਮੀਦ ਕਰਦਾ ਕਿ ਇਹ ਜਿਹੜੀ ਕਲਾਸ ਆ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਪੇਪਰ ਦੀ ਉਹਨੂੰ ਹੋਰ ਬੂਸਟ ਦੇਵੇਗੀ ਠੀਕ ਹੈ ਜੀ। ਤਾਂ ਤੁਸੀਂ ਬਈ ਇਸ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਹਰ ਇੱਕ ਵਿਦਿਆਰਥੀ ਤੱਕ ਪਹੁੰਚ ਸਕੇ ਠੀਕ ਹੈ ਜੀ। ਤਾਂ ਬਹੁਤ ਬਹੁਤ ਧੰਨਵਾਦ ਸਾਰੇ ਵਿਦਿਆਰਥੀਆਂ ਦਾ। ਸੋ ਮਿਲਦੇ ਹਾਂ ਜੀ ਸਵੇਰ ਦੀ ਕਲਾਸ ਕੁਝ ਨਵੇਂ ਫੈਕਟਾਂ ਦੇ ਨਾਲ।